जैसी जल कमले लेरी नाल बछानी है लेरी नाल बछानी है बिग सै अस्त रे बन ਖੜੇ ਹੋਏ
ਪਰ ਸਮਾਂ ਪਾ ਕੇ ਇਹਨਾਂ ਅੰਦਰ ਭਾਵੇਂ ਇਹਨਾਂ ਨੂੰ ਕੁਝ ਦਿਨ ਇਹਨਾਂ ਦੀ ਮਰਿਆਦ ਵਧਾਉਣ ਵਾਸਤੇ ਉਹਨਾਂ ਅੰਦਰ ਪਾਣ ਨੂੰ ਕੁਝ ਦੇ ਦਿੰਦੇ ਨੇ। ਛੋਟੀ ਮੋਟੀ ਕੁੜੀ ਜੀ ਉਹਨਾਂ 'ਚ ਬਰਤੀ ਹੁੰਦੀ ਵਿੱਚ ਉਹਦੇ ਪਾਦੇ ਵਿੱਚ ਥੋੜ੍ਹੇ ਦਿਨ ਤੱਕ ਉਸਦੀ ਮਰਿਆਦ ਹੋਰ ਵੱਧ ਜਾਂਦੀ ਹੈ। ਪਰ ਇੱਕ ਦਿਨ ਐਸਾ ਆ ਹੀ ਜਾਂਦਾ ਵੀ ਉਹ ਸੁੱਖ ਗੁੰਮਰਾਹ ਜਾਂਦੇ ਨੇ ਪੁੱਤੇ। ਜਦੋਂ ਗੁੰਮਰਾਹ ਜਾਣ ਉਸ ਵਕਤ ਉਹਨਾਂ ਦੀ ਹਾਲਤ ਪਤਾ ਕੀ ਹੁੰਦੀ ਹੈ। ਜਿਹਨੂੰ ਸਜਾ ਸਜਾ ਕੇ ਰੱਖਿਆ ਜਾਂਦਾ ਨਾ, ਜਿਹਨਾਂ ਫੁੱਲਾਂ ਨੂੰ ਸਜਾ ਸਜਾ ਕੇ ਧਰਮ ਸਥਾਨਾਂ ਦੇ ਉੱਤੇ ਅਤੇ ਘਰਾਂ ਵਿੱਚ ਅਤੇ ਹੋਰ ਜਿੱਥੇ ਕਿਤੇ ਵੀ ਕਿਸੇ ਦਾ ਜੀ ਕਰੇ, ਬੜੇ ਸ਼ੌਕ ਦੇ ਨਾਲ ਕਿਸੇ ਮਨੁੱਖ ਨੂੰ ਆਪਣੀ ਖੁਸ਼ੀ ਪ੍ਰਗਟ ਕਰਨੀ ਹੋਵੇ ਤੇ ਤਾਂ ਵੀ ਫੁੱਲਾਂ ਦਾ ਗੁਲਦਸਤਾ ਕਿਸੇ ਨੂੰ ਭੇਟ ਕੀਤਾ ਜਾਂਦਾ ਖੁਸ਼ੀ ਲਈ। ਕਿਸੇ ਦੀ ਤੰਦਰੁਸਤੀ ਵਾਸਤੇ ਬੇਨਤੀ ਕਰਨੀ ਹੋਵੇ ਫਿਰ ਵੀ ਫੁੱਲਾਂ ਦਾ ਗੁਲਦਸਤਾ ਭੇਜਿਆ ਜਾਂਦਾ ਕਿ ਫੁੱਲ ਭੇਟ ਕਰੋ ਇਸਨੂੰ ਤਾਂ ਕਿ ਫੁੱਲਾਂ ਵਾਂਗੂ ਖੁਸ਼ ਹੋ ਕੇ ਤੂੰ ਘਰ ਆਵੇ। ਸਿਗਨੀਫਿਕੈਂਸ ਹੈ ਨਾ ਹਰ ਚੀਜ਼ ਦਾ। ਪਰ ਜਿਸ ਵਕਤ ਉਹ ਗੁੰਮਰਾਹ ਜਾਂਦੇ ਨੇ ਸੁੱਕ ਜਾਂਦੇ ਨੇ ਫਿਰ ਉਹਨਾਂ ਦੀ ਹਾਲਤ ਜੋ ਹੁੰਦੀ ਹੈ ਤੁਹਾਨੂੰ ਪਤਾ ਹੈ। ਉਸ ਢੇਲ 'ਤੇ ਚਲੇ ਜਾਂਦੇ ਨੇ ਜਿਸ ਢੇਲ ਦੇ ਉੱਤੇ ਬਾਕੀ ਦਾ ਅਸੀਂ ਡਰੈਸ ਸੁਣਦੇ ਹਾਂ ਉੱਥੇ ਪਹੁੰਚ ਜਾਂਦੇ ਹਾਂ। ਤਕਰੀਬਨ ਵੱਜ ਪਾਤਸ਼ਾਹ ਜੀ ਨੇ ਆਖਿਆ ਕਹਿ ਦਿੰਦੇ ਰੱਬ ਦੀ ਪ੍ਰੀਤ ਤੋਂ ਬਿਨਾਂ, ਬਾਬਾ ਫਰੀਦ ਜੀ ਦਾ ਪਵਿੱਤਰ ਵਚਨ, ਰੱਬ ਦੀ ਪ੍ਰੀਤ ਤੋਂ ਬਿਨਾਂ ਮਨੁੱਖ ਦੇ ਜੀਵਨ ਦੀ ਹਾਲਤ ਕੈਸੀ ਹੈ। ਜਵਾਨੀ ਮਨੁੱਖ ਦੇ ਜੀਵਨ ਦਾ ਇੱਕ ਗੋਲਡਨ ਪੀਰੀਅਡ ਹੈ, ਸੁਨਹਿਰੀ ਮੌਕਾ। ਬਚਪਨ ਕਿਸੇ ਦਾ ਮੁਹਤਾਜ ਹੈ, ਮਾਤਾ ਪਿਤਾ ਦਾ ਬਚਪਨ ਮਾਤਾ ਪਿਤਾ ਦਾ ਮੁਹਤਾਜ ਹੈ। ਜਿੱਥੇ ਕਹਿਣ ਉੱਥੇ ਜਾਣਾ ਪੈਂਦਾ। ਤੁਸੀਂ ਨਿੱਕੇ ਨਿੱਕੇ ਬੱਚੇ ਵੇਖੋ ਮਾਤਾ ਪਿਤਾ ਗੁਰਦੁਆਰੇ ਮੰਦਰ ਮਸਜਿਦ ਆਦਿ ਲੈ ਕੇ ਚਲੇ ਜਾਂਦੇ ਨੇ। ਜਿਸ ਤੋਂ ਥੋੜ੍ਹੇ ਜਿਹੇ ਬੜੇ ਹੋ ਜਾਂਦੇ ਨੇ ਫਿਰ ਉਹ ਵਿਚਾਰੇ ਕਹਿੰਦੇ ਰਹਿੰਦੇ ਨੇ ਚੱਲ ਚੱਲੀਏ, ਉਹ ਕਹਿੰਦੇ ਨਹੀਂ ਜੀ ਹੋਰ ਮੈਂ ਨਹੀਂ ਜਾਣਾ। ਬਿਲਕੁਲ ਟਾਈਮ ਹੈ, ਪਰ ਜਿਤਨੀ ਦੇਰ ਤੱਕ ਉਹ ਲਿਜਾ ਸਕਦੇ ਸਨ ਉਤਨੀ ਦੇਰ ਤੱਕ ਉਹਨਾਂ ਨੂੰ ਉਂਗਲ ਪਕੜ ਕੇ ਅੱਗੇ ਲਾ ਕੇ ਲੈ ਜਾਂਦੇ ਨੇ ਕਿਉਂਕਿ ਉਹ ਮੁਹਤਾਜ ਨੇ। ਬਚਪਨ ਜਵਾਨੀ ਦਾ ਮੁਹਤਾਜ ਹੈ, ਪਰ ਬੁਢੇਪਾ ਵੀ ਜਵਾਨੀ ਦਾ ਮੁਹਤਾਜ ਹੈ। ਬਚਪਨ ਕਹਿੰਦਾ ਮੈਨੂੰ ਮੇਰੀ ਉਂਗਲ ਪਕੜ, ਮੈਂ ਤੇਰੀ ਉਂਗਲ ਪਕੜ ਕੇ ਤੁਰਨਾ ਚਾਹੁੰਦਾ, ਬਚਪਨ ਕਹਿੰਦਾ। ਪਰ ਬੁਢੇਪਾ ਵੀ ਉਹ ਕਰਦਾ, ਬੁਢੇਪੇ ਦੀ ਵੀ ਇਹੀ ਹਾਲ ਹੈ ਵੀ ਮੇਰਾ ਹੱਥ ਪਕੜ, ਮੈਨੂੰ ਉਠਾ, ਮੈਨੂੰ ਚਾਰ ਕਦਮ ਚੱਲ ਕੇ ਮੈਨੂੰ ਆਪਣੇ ਇਸ ਸਥਾਨ ਤੋਂ ਉਸ ਸਥਾਨ 'ਤੇ ਲੈ ਕੇ ਜਾ, ਇੱਥੋਂ ਉੱਥੇ ਲੈ ਕੇ ਜਾ। ਕਿਸੇ ਵੇਲੇ ਗੁਰਦੁਆਰੇ ਵੀ ਆਉਣਾ ਹੋਵੇ, ਕਿਸੇ ਧਾਰਮਿਕ ਸਮਾਗਮ ਵਿੱਚ ਵੀ ਪਹੁੰਚਣਾ ਹੋਵੇ ਤਾਂ ਬੁਢੇਪਾ ਇਸ ਗੱਲ ਦੀ ਉਡੀਕ ਕਰਦਾ ਵੀ ਕੋਈ ਬੰਦਾ ਮੇਰੀ ਉਂਗਲ ਪਕੜੇ, ਕੋਈ ਬੰਦਾ ਮੈਨੂੰ ਸਹਾਰਾ ਦੇਵੇ। ਤੂੰ ਮੁਹਤਾਜ, ਔਰ ਮੁਹਤਾਜ ਕਿਸਦੇ ਨੇ? ਜਵਾਨੀ ਨੇ। ਇਹਦਾ ਮਤਲਬ ਜਵਾਨੀ ਜਿਹੜੀ ਹੈ ਉਹ ਬੜੀ ਕੀਮਤੀ ਹੈ। ਬਾਬਾ ਫਰੀਦ ਜੀ ਦਾ ਪਵਿੱਤਰ ਬਚਨ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ। ਬਾਬਾ ਫਰੀਦ ਜੀ ਕਹਿੰਦੇ ਨੇ ਜੋਬਨ ਜਾਂਦੇ ਨਾ ਡਰਾਂ, ਕਹਿੰਦੇ ਮੇਰਾ ਜੋਬਨ ਮੇਰੀ ਜਵਾਨੀ ਮੇਰੇ ਕੋਲੋਂ ਚਲੀ ਜਾਏ ਤੇ ਸੌ ਵਾਰੀ ਜਾਏ ਮੈਨੂੰ ਕੋਈ ਡਰ। ਬਾਬਾ ਜੀ ਦੁਨੀਆਂ ਦੀ ਜਵਾਨੀ ਨੂੰ ਲੋਚਦੀ ਹੈ, ਮੇਰੀ ਜਵਾਨੀ ਬਣੀ ਰਵੇ, ਮੈਨੂੰ ਬੁਢੇਪਾ ਨਾ ਆਵੇ। ਬਲਕਿ ਜਿਸ ਵਕਤ ਬੁਢੇਪੇ ਦੀਆਂ ਨਿਸ਼ਾਨੀਆਂ ਬੰਦੇ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਲੁਕਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਕਿਸੇ ਤਰ੍ਹਾਂ ਉਹਨਾਂ ਨੂੰ ਲੁਕਾ ਲਈਏ, ਪਰ ਉਹ ਕਿਤਨੀ ਦੇਰ ਲੁਕਾ ਕੇ ਰੱਖ ਸਕਦੇ ਹਾਂ। ਬੁਢੇਪੇ ਦਾ ਆਪਣਾ ਕੰਮ ਹੈ, ਉਹਨੇ ਭਾਵੇਂ ਅਸੀਂ ਸੌ ਵਾਰੀ ਲੁਕਾਈਏ ਉਹਨੂੰ ਫਿਰ ਵੀ ਉਹਨੇ ਆਪਣਾ ਗੱਡੀ ਵਜਾਉਂਦੇ ਤੁਰੇ ਆਉਣਾ। ਸਤਿਗੁਰ ਗਰੀਬਨ ਵੱਜ ਪਾਤਸ਼ਾਹ ਜੀ ਪਰਮਾਤਮਾ ਬਾਬਾ ਫਰੀਦ ਜੀ ਦਾ ਪਵਿੱਤਰ ਬਚਨ ਕਹਿੰਦੇ ਨੇ ਜੋਗਨ ਜਾਂਦੇ ਨਾ ਡਰਾਂ, ਸੌ ਵਾਰੀ ਜਾਏ, ਪਰ ਕਹਿੰਦਾ ਇੱਕ ਚੀਜ਼ ਤੇ ਜਾਣ ਤੋਂ ਮੈਂ ਜ਼ਰੂਰ ਮਨ ਵਿੱਚ ਮਹਿਸੂਸ ਕਰਦਾ ਜੀ, ਉਹ ਕੀ ਹੈ? ਕਹਿੰਦਾ ਜੇ ਸੌ ਪ੍ਰੀਤ ਨਾ ਜਾਏ, ਪਰ ਮੈਨੂੰ ਮਾਲਕ ਦੀ ਪ੍ਰੀਤ ਮੇਰੇ ਮਨ 'ਚੋਂ ਨਹੀਂ ਜਾਣੀ ਚਾਹੀਦੀ, ਜੋ ਮੈਨੂੰ ਜਾਏ ਤਾਂ ਜੀ ਸੌ ਵਾਰੀ ਜਾਏ ਜੀ। ਐਸਾ ਕਿਉਂ? ਕਹਿੰਦੇ ਫਰੀਦਾ ਕਿਤਨੀ ਜੋਬਨ ਪ੍ਰੀਤ ਬਿਨ ਸੁੱਖ ਦੇ ਗੁੰਮਰਾਏ। ਕਹਿੰਦੇ ਮੈਂ ਕੀ ਵੇਖਦਾ ਕਿਤਨੇ ਐਸੇ ਜੋਬਨ ਨੇ ਪ੍ਰੀਤ ਤੋਂ ਬਿਨਾਂ ਸੁੱਕੇ ਤੇ ਗੁੰਮਰਾਏ, ਜਿਹੜੇ
ਬਿਨਾ ਅੰਦਰ ਕੋਈ ਖੁਸ਼ਬੂ ਸੁੱਕੇ ਦੀ ਇੱਕ ਮਰਾਹੇ ਦੀ ਨਿਸ਼ਾਨੀ ਕੀ ਹੈ ਇੱਕ ਤੇ ਉਹਦੀ ਕੋਮਲਤਾ ਖਤਮ ਹੋ ਗਈ ਇੱਕ ਉਹਦੀ ਸੁੰਦਰਤਾ ਖਤਮ ਹੋ ਗਈ ਤੀਸਰੀ ਚੀਜ਼ ਉਹਦੀ ਖੁਸ਼ਬੂ ਖਤਮ ਹੋ ਗਈ ਉਹਦੀ ਸੁਗੰਧ ਖਤਮ ਹੋ ਗਈ ਸੁੱਕੇ ਵਿੱਚੋਂ ਕਦੇ ਸੁਗੰਧ ਨਹੀਂ ਆਉਂਦੀ ਕੋਮਲਾਹੇ ਵਿੱਚੋਂ ਸੁਗੰਧ ਨਹੀਂ ਆਉਂਦੀ ਕੁਮਲਾਇਆ ਹੋਇਆ ਸੁਗੰਧ ਵੀ ਨਹੀਂ ਲੱਗਦਾ ਸਤਿਗੁਰ ਗ੍ਰੀਵਨ ਬਾਜ ਪਾਤਸ਼ਾਹ ਜੀ ਨੇ ਆਗਿਆ ਕਹਿਣ ਲੱਗੇ ਮੈਂ ਉਹੋ ਜਿਹੇ ਜੀਵਨ ਨੂੰ ਕੀ ਕਰਨਾ ਹੈ ਮੈਨੂੰ ਨਹੀਂ ਲੋੜ ਇਹੋ ਜਿਹੇ ਜੀਵਨ ਦੀ ਮੈਂ ਉਹ ਜੀ ਜਵਾਨੀ ਵੀ ਨਹੀਂ ਮੰਗਦਾ ਮੈਨੂੰ ਕੋਈ ਜ਼ਰੂਰਤ ਨਹੀਂ ਤੁਸੀਂ ਕੀ ਮੰਗਦੇ ਹੋ ਫਿਰ ਕਹਿੰਦੇ ਮੈਂ ਬ੍ਰੀਤ ਮੰਗਦਾ ਮਾਲਕ ਜੀ ਤੇਰੀ ਬ੍ਰੀਤ ਮੇਰੇ ਕੋਲ ਨਹੀਂ ਚਾਹੀਦੀ ਇਹ ਬ੍ਰੀਤ ਮੇਰੇ ਕੋਲ ਮੇਰੀ ਬੜੀ ਰਹਿਣੀ ਚਾਹੀਦੀ ਹੈ ਸਤਿਗੁਰ ਪਾਤਸ਼ਾਹ ਜੀ ਨੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਵਚਨ ਆਖੇ ਪੰਜ ਚੀਜ਼ਾਂ ਕਰੀਆਂ ਨੇ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਅੱਜ ਸੁੰਦਰ ਬੰਦਾ ਰੱਜ ਕੇ ਸੋਹਣਾ ਹੋਵੇ ਸੁੰਦਰਤਾ ਦੇ ਮੁਕਾਬਲੇ ਕੀਤੇ ਜਾਂਦੇ ਨੇ ਤੁਸੀਂ ਵੇਖੋ ਕੋਈ ਕਹਿੰਦਾ ਜੀ ਇਹ ਮਿਸ ਪੰਜਾਬ ਹੈ ਇਹ ਕੋਈ ਕਹਿੰਦਾ ਜੀ ਮਿਸ ਇੰਡੀਆ ਕੋਈ ਕਹਿੰਦਾ ਜੀ ਮਿਸ ਵਰਲਡ ਹੈ ਸਿਰ ਤੇ ਤਾਜ ਰੱਖੇ ਜਾਂਦੇ ਨੇ ਇਨਾਮ ਦਿੱਤੇ ਜਾਂਦੇ ਨੇ ਸੁੰਦਰਤਾ ਦੇ ਆਪਣੇ ਆਪ ਵਿੱਚ ਪਰ ਸਤਿਗੁਰ ਗ੍ਰੀਵਨ ਬਾਜ ਪਾਤਸ਼ਾਹ ਜੀ ਨੇ ਪੰਜ ਚੀਜ਼ਾਂ ਕਰੀਆਂ ਨੇ ਧਿਆਨ ਦੇਣਾ ਕਹਿੰਦੇ ਅੱਜ ਸੁੰਦਰ ਕੁਲੀਨ ਉੱਚੀ ਕੁਲ ਵਿੱਚ ਜਨਮ ਲਿਆ ਹੋਵੇ ਜਿਸ ਕੁਲ ਨੂੰ ਲੋਕੀ ਬੜੀ ਸਤਿਕਾਰ ਵਾਲੀ ਮੰਨਦੇ ਹੋਣ ਅਦਬ ਵਾਲੀ ਮੰਨਦੇ ਕਹਿੰਦੇ ਨੇ ਚਤੁਰ ਬੜਾ ਸਿਆਣਾ ਹੋਵੇ ਬੰਦੇ ਦੀ ਗੱਲ ਨੂੰ ਇਸ਼ਾਰੇ ਨਾਲ ਸਮਝਦਾ ਹੋਵੇ ਕਹਿਣ ਦੀ ਲੋੜ ਨਾ ਪਵੇ ਇਹ ਜਿਵੇਂ ਤੁਸੀਂ ਕਿਸੇ ਵੇਲੇ ਵੇਖਿਆ ਹੋਣਾ ਨਾ ਕਾਂ ਬੜਾ ਸਿਆਣਾ ਜੀ ਬੜਾ ਚਤੁਰ ਹੈ ਤੁਹਾਡੇ ਕਿਸੇ ਵੇਲੇ ਤੁਹਾਡੇ ਘਰ ਦੇ ਮਲੇਰ ਦੀ ਆ ਬੈਠੇ ਨਾ ਤੁਹਾਨੂੰ ਉਹਨੂੰ ਉਡਾਉਣ ਵਾਸਤੇ ਕੋਈ ਡੱਬਾ ਨਹੀਂ ਖੜਕਾਉਣਾ ਪੈਂਦਾ ਤੁਸੀਂ ਜਦੋਂ ਵੀ ਥੱਲੇ ਹੋ ਉਹਨੂੰ ਪਤਾ ਲੱਗ ਜਾਂਦਾ ਹੈ ਕੋਈ ਰੋੜਾ ਚੁੱਕਣ ਲੱਗਾ ਮੈਨੂੰ ਮਾਰੇਗਾ ਉਹ ਇੱਕ ਮਿੰਟ ਜੁੜ ਜਾਂਦਾ ਕਿਤਨਾ ਸਿਆਣਾ ਪਰ ਸਿਆਣਪ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਇੱਟਾਂ ਰੋਲੇ ਗਾਉਂਦਾ ਵਿਚਾਰਾ ਸਤਿਗੁਰ ਗ੍ਰੀਵਨ ਬਾਜ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਕਹਿੰਦੇ ਨੇ ਅੱਧ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਮੂੰਹ ਨਾਲ ਗਿਆਨ ਦੀਆਂ ਗੱਲਾਂ ਕਰਨ ਵਾਲਾ ਅੰਦਰੋਂ ਖਾਲੀ ਬਾਹਰੋਂ ਡੱਬਾ ਖੜਕ ਰਿਹਾ ਤੇ ਪੰਜਵੀਂ ਚੀਜ਼ ਮੇਰੇ ਪਾਤਸ਼ਾਹ ਨੇ ਕਹਿੰਦੀ ਧਨਵੰਤ ਮਾਇਆਧਾਰੀ ਰੱਜ ਕੇ ਮਾਇਆ ਹੋ ਅਨੇਕਾਂ ਪ੍ਰਕਾਰ ਦੇ ਰੂਪ ਵਿੱਚ ਹੋਵੇ ਕੋਈ ਕਿਸੇ ਗੱਲ ਦੀ ਕਮੀ ਨਾ ਹੋਵੇ ਇੱਕ ਇੱਕ ਚੀਜ਼ ਕਿਸੇ ਕੋਲ ਹੋਵੇ ਤੇ ਦੁਨੀਆਂ ਉਸਦਾ ਮਾਣ ਸਨਮਾਨ ਕਰਦੀ ਹੈ ਪਰ ਜੇ ਪੰਜੇ ਕਿਸੇ ਕੋਲ ਹੋਣ ਸਾਰੀਆਂ ਉਹਨਾਂ ਦਾ ਬੜਾ ਮਾਣ ਹੋਣਾ ਚਾਹੀਦਾ ਪਰ ਗ੍ਰੀਵਨ ਬਾਜ ਪਾਤਸ਼ਾਹ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਕਮਾਲ ਦੀ ਗੱਲ ਲਿਖੀ ਜੇ ਕਹਿੰਦੇ ਨੇ ਮ੍ਰਿਤਕ ਕਈ ਹੈ ਨਾਨਕ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਨੇ ਇਹੋ ਜਿਹੇ ਬੰਦੇ ਨੂੰ ਕਹਿੰਦੇ ਬੰਦਾ ਇਹੋ ਸਮਝ ਲਓ ਇਹ ਤੇ ਕੋਈ ਲਾਸ਼ ਤੁਰੀ ਫਿਰਦੀ ਹੈ ਇਹ ਕੋਈ ਸੁੰਦਰ ਨਹੀਂ ਇਹ ਕੋਈ ਧਨਵੰਤ ਨਹੀਂ ਇਹ ਕੋਈ ਚਤੁਰ ਨਹੀਂ ਇਹ ਕੋਈ ਸਿਆਣਾ ਨਹੀਂ ਇਹ ਕੋਈ ਗਿਆਨੀ ਨਹੀਂ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਇਹ ਤੇ ਲਾਸ਼ ਹੀ ਤੁਰੀ ਫਿਰਦੀ ਹੈ ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ ਜੀ ਮਹਾਰਾਜ ਜੀ ਮੈਂ ਪ੍ਰੀਤ ਕਰਾਂ ਤੇ ਮੈਂ ਕਿਵੇਂ ਕਰਾਂ ਸਵਾਲ ਹੁਣ ਇੱਥੇ ਆ ਕੇ ਬਣੋਗੇ ਨਾ ਜੀ ਮੈਂ ਰੱਬ ਨਾਲ ਪ੍ਰੀਤ ਤੇ ਮੈਨੂੰ ਦੁਨੀਆਂ ਦੀਆਂ ਪ੍ਰੀਤਾਂ ਦਾ ਤੇ ਮੈਨੂੰ ਪਤਾ ਹੈ ਕਿਸੇ ਨਾ ਕੋਲ ਉਹਦੇ ਨਾਲ ਸੋਹਣੇ ਮਿੱਠੇ ਬਚਨ ਕਰੋ ਸੋਹਣੀਆਂ ਸੋਹਣੀਆਂ ਗੱਲਾਂ ਕਰੋ ਕਿਸੇ ਦੀ ਮਦਦ ਕਰ ਦੇਵੋ ਕਿਸੇ ਨੂੰ ਕੁਝ ਲੈ ਲਓ ਕਿ ਦੇ ਦਿਓ ਇਹ ਪ੍ਰੀਤ ਦੀਆਂ ਕਹਾਣੀਆਂ ਨੇ ਨਾ ਪਰ ਮਾਲਕ ਜੀ ਜਿਹਦੇ ਨਾਲ ਮੈਂ ਪ੍ਰੀਤ ਕਰਦੇ ਹਾਂ ਮੈਨੂੰ ਸਾਹਮਣੇ ਦਿਸਦਾ ਪਿਆ ਤੁਸੀਂ ਤੇ ਨਜ਼ਰ ਹੀ ਨਹੀਂ ਆਉਂਦੇ ਮੈਂ ਤੁਹਾਡੇ ਨਾਲ ਪ੍ਰੀਤ ਕਿਵੇਂ ਕਰੂੰ ਇਹ ਸਵਾਲ ਹੈ ਬੜਾ ਵੱਡਾ ਜੀ ਤੁਹਾਡੇ ਨਾਲ ਪ੍ਰੀਤ ਕਿਵੇਂ ਕਰਾਂ ਜਿਹੜਾ ਸ਼ਬਦ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਲਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੁਰ ਪ੍ਰਾਗ ਵਿੱਚ ਅੰਦਰ ਕੀਤਾ ਹੋਇਆ ਪਵਿੱਤਰ ਸ਼ਬਦ ਜੀ ਰੇ ਮਨ ਰਾਮ ਸੁਣ ਕਰ ਪ੍ਰੀਤ ਸਤਿਗੁਰ ਪਾਤਸ਼ਾਹ ਜੀ ਨੇ ਉਸ ਪ੍ਰੀਤ ਨੂੰ ਕਰਨ ਵਾਸਤੇ ਕੁਝ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਬੈਠਾ ਰੇਮਨ ਐਸੀ ਹਰਸੋ ਪ੍ਰੀਤ ਕਰ ਜੈਸੀ ਜਲ ਕਮਲੇ ਵੇ ਕਹਿੰਦੇ ਨੇ ਪਾਣੀ ਦੀ ਤੇ ਕਮਲ ਦੇ ਫੁੱਲ ਦੀ ਕਿੰਨੀ ਪ੍ਰੀਤ ਹੈ ਰਹਿੰਦਾ ਪਾਣੀ ਵਿੱਚ ਹੈ ਪ੍ਰੀਤ ਉੱਚੀ ਹੈ ਉੱਚੇ ਨਾਲ ਪ੍ਰੀਤ ਕਿੱਥੇ ਪ੍ਰੀਤ ਕਰਦਾ
ਸੂਰਜ ਦੇ ਨਾਲ ਜਿਉਂ ਸੂਰਜ ਚੜ੍ਹਦਾ ਤੇ ਕਮਲ ਦਾ ਫੁੱਲ ਖਿੜਨਾ ਸ਼ੁਰੂ ਹੋ ਜਾਂਦਾ ਤੇ ਜਿਉਂ ਜਿਉਂ ਸੂਰਜ ਗਰੂਬ ਹੁੰਦਾ ਹੈ ਸੂਰਜ ਛਪਣਾ ਸ਼ੁਰੂ ਹੁੰਦਾ ਹੈ ਕਮਲ ਦਾ ਫੁੱਲ ਬੰਦ ਹੋਣਾ ਸ਼ੁਰੂ ਪ੍ਰੀਤ ਕਿੱਥੇ ਹੈ ਉਸਦੀ ਉੱਚੀ ਸ੍ਰੇਸ਼ ਤੇ ਉਸ ਪ੍ਰੀਤ ਤੱਕ ਪਹੁੰਚਣ ਵਾਸਤੇ ਪਾਣੀ ਦੀਆਂ ਲਹਿਰਾਂ ਆਉਂਦੀਆਂ ਨੇ ਇੱਧਰੋਂ ਮਾਰਦੀਆਂ ਨੇ ਖਪੇੜੇ ਇਸ ਪਾਸੇ ਉਹਨੂੰ ਕਰ ਦਿੰਦੀਆਂ ਇੱਧਰੋਂ ਆਉਂਦੀਆਂ ਨੇ ਇੱਧਰੋਂ ਲੈ ਜਾਂਦੀਆਂ ਨੇ ਪਰ ਉਹ ਜਿਉਂ ਜਿਉਂ ਪਾਣੀ ਉਸਨੂੰ ਇਸ ਤਰ੍ਹਾਂ ਦੇ ਨਾਲ ਇੱਕ ਪਾਸੋਂ ਦੂਜੇ ਪਾਸੇ ਲੈ ਜਾਂਦਾ ਹੈ ਲਹਿਰਾਂ ਦੂਜੇ ਪਾਸੇ ਲੈ ਜਾਂਦੀਆਂ ਨੇ ਉਹ ਨਾਰਾਜ਼ਗੀ ਨਹੀਂ ਵੀ ਵੀ ਕਿਸੇ ਇਸ ਨੇ ਫਿਰ ਖੁਸ਼ ਹੁੰਦਾ ਖੁਸ਼ ਹੋ ਕੇ ਉਸ ਟਾਈਮ ਦੀ ਉਡੀਕ ਕਰਦਾ ਵੀ ਸੂਰਜ ਕਦੋਂ ਸਤਿਗੁਰੂ ਬਿਲਕੁਲ ਬਾਅਦ ਪਾਤਸ਼ਾਹ ਜੀ ਨੇ ਆਖਿਆ ਕਹਿਣ ਲੱਗੇ ਜੀ ਮੈਂ ਇਹ ਦਿਸਣੇ ਦੀਆਂ ਕਹਾਣੀਆਂ ਨੇ ਮਹਾਰਾਜ ਜਿਹਦੀ ਪ੍ਰੀਤ ਤੁਸੀਂ ਕਹਿੰਦੇ ਉਹ ਤੇ ਦਿਸ ਨਹੀਂ ਰਿਹਾ ਤੁਸੀਂ ਸੁਖਮਨੀ ਸਾਹਿਬ ਜਿਹੜੇ ਪੜ੍ਹਦੇ ਹੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਖਿਆ ਕਹਿਣ ਲੱਗੇ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈਗੁਣ ਦੇ ਪ੍ਰਭ ਭਿੰਨ ਰੱਬ ਦਾ ਤੇ ਰੂਪ ਰੇਖ ਹੀ ਨਹੀਂ ਸ਼ਕਲ ਸੂਰਤ ਹੀ ਨਹੀਂ ਮੈਂ ਕਿਹਦੇ ਨਾਲ ਪ੍ਰੀਤ ਕਰਾਂ ਕਿਵੇਂ ਪ੍ਰੀਤ ਕਰਾਂ ਸਵਾਲ ਇੱਥੇ ਆ ਕੇ ਖੜਾ ਹੋ ਗਿਆ ਤੇ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਆ ਮੈਂ ਤੈਨੂੰ ਦੱਸਾਂ ਵੀ ਪ੍ਰੇਤ ਰੱਬ ਨਾਲ ਕਿਵੇਂ ਪ੍ਰੀਤ ਕੀਤੀ ਜਾ ਸਕਦੀ ਹੈ ਰੱਬ ਨਾਲ ਪ੍ਰੀਤ ਕਰਨ ਦਾ ਤਰੀਕਾ ਕੀ ਹੈ ਉਹਦੇ ਨਾਲ ਪ੍ਰੀਤ ਕਿਵੇਂ ਕੀਤੀ ਜਾ ਸਕਦੀ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਸ ਪਵਿੱਤਰ ਸ਼ਬਦ ਦੀਆਂ ਪੰਕਤੀਆਂ ਵਿੱਚੋਂ ਪਹਿਲੀ ਪੰਕਤੀ ਮੈਂ ਇੱਕ ਵਾਰ ਫਿਰ ਦੁਹਰਾ ਦਿਆਂ ਕਹਿੰਦੇ ਰੇ ਮਨ ਰਾਮ ਸੋ ਕਰ ਪ੍ਰੀਤ ਤੇ ਇਸ ਪੰਕਤੀ ਦੇ ਨਾਲ ਅਗਲਾ ਹਿੱਸਾ ਸਤਿਗੁਰ ਪਾਤਸ਼ਾਹ ਪ੍ਰੀਤ ਕਰਨ ਦਾ ਤਰੀਕਾ ਵੀ ਦੱਸਿਆ ਕਹਿੰਦੇ ਨੇ ਸ਼ਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀ ਕੰਨਾਂ ਨਾਲ ਰੱਬ ਦੀ ਉਸਤਤ ਸੁਣ ਤੇ ਰਸਨਾ ਨਾਲ ਰੱਬ ਦੀ ਉਸਤਤ ਗਾ ਆਹ ਪ੍ਰੀਤ ਕਰਨ ਦਾ ਤਰੀਕਾ ਹੈ ਰੱਬ ਨਾਲ ਪ੍ਰੀਤ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਕੇਵਲ ਤੇ ਕੇਵਲ ਇੱਕੋ ਤਰੀਕਾ ਕੰਨ ਸ਼ੈਲੀ ਸਾਨੂੰ ਦਿੱਤੇ ਨੇ ਕੰਨਾਂ ਦੇ ਨਾਲ ਉਸ ਮਾਲਕ ਦੀ ਉਸਤਤ ਸੁਣ ਉਸ ਮਾਲਕ ਦਾ ਜਸ ਸੁਣ ਤੇ ਰਸਨਾ ਨਾਲ ਉਸ ਮਾਲਕ ਦਾ ਜਸ ਸਤਿਗੁਰ ਗ੍ਰੰਥ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਿਸ ਮਨ ਵਸੈ ਸੁਣੇ ਲਾਏ ਪ੍ਰੀਤ ਕਹਿੰਦੇ ਨੇ ਮਨ ਕਿਸੇ ਮਨ ਚ ਉਸਦਾ ਤਾਂ ਪ੍ਰੀਤ ਨਾਲ ਸੁਣਦਾ ਉਹ ਪ੍ਰੀਤ ਨਾਲ ਸੁਣਨ ਦੇ ਸੁਣਨ ਵਾਲੇ ਦੇ ਮਨ ਵਿੱਚ ਵਸਦਾ ਕਹਿੰਦੇ ਤਿਸ ਪ੍ਰਭ ਆਵੈ ਹਰ ਪ੍ਰਭ ਜੀ ਤਿਸ ਜਨ ਆਵੈ ਹਰ ਪ੍ਰਭ ਜੀ ਕਹਿੰਦੇ ਨੇ ਹਰੀ ਪ੍ਰਭੂ ਉਸੇ ਦੇ ਮਨੁੱਖ ਦੇ ਜੜ ਦੇ ਹਿਰਦੇ ਵਿੱਚ ਆਉਂਦਾ ਹੈ ਜਿਹੜਾ ਪ੍ਰੀਤ ਨਾਲ ਸੁਣਦਾ ਸੁਣਨ ਵਾਲੇ ਨੂੰ ਹੀ ਇਹ ਗੱਲ ਪ੍ਰਾਪਤ ਹੁੰਦੀ ਹੈ ਤੇ ਸਤਿਗੁਰ ਪਾਤਸ਼ਾਹ ਜੀ ਨੇ ਸਮਝਾਇਆ ਕਿ ਸਿੱਖਾ ਜੇ ਤੂੰ ਬਾਕੀਆਂ ਹੀ ਚਾਹੁੰਦਾ ਕਿ ਰੱਬ ਨਾਲ ਪ੍ਰੀਤ ਕੀਤੀ ਜਾਵੇ ਤੈਨੂੰ ਹੋਰ ਕੋਈ ਤਰੀਕਾ ਕਿਸੇ ਪਾਸੇ ਨਹੀਂ ਮਿਲੇ ਹੋਰ ਕੋਈ ਤਰੀਕਾ ਨਹੀਂ ਜੇਕਰ ਮੈਂ ਸੁਣਨ ਵਾਸਤੇ ਕਿੱਥੇ ਜਾਵਾਂ ਰਸਨਾ ਨਾਲ ਗਾਣਾ ਹੋਵੇ ਕਿੱਥੇ ਜਾਵਾਂ ਕੀ ਕਰਾਂ ਜਦੋਂ ਸਿਲਸਿਲੇ ਵਾਰ ਤੁਸੀਂ ਸ਼ਬਦਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋਗੇ ਨਾ ਸਮਝਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਬਾਹਰੋਂ ਕਿਤੇ ਨਾ ਕੁਝ ਲੱਭਣ ਦੀ ਲੋੜ ਹੀ ਨਹੀਂ ਵਿੱਚੇ ਸਭ ਕੁਛ ਪਿਆ ਹੋਇਆ ਅਗਲੀ ਪੰਕਤੀ ਇਸ ਪਵਿੱਤਰ ਸ਼ਬਦ ਦੀ ਤੁਹਾਡੇ ਸਾਹਮਣੇ ਸਤਿਗੁਰ ਪਾਤਸ਼ਾਹ ਜੀ ਦੀ ਹੈ ਕਹਿੰਦੇ ਨੇ ਕਰ ਸਾਧ ਸੰਗਤ ਸਿਮਰ ਬਾਧੋ ਹੋਏ ਪਤਤ ਪੁਨੀਤ ਸਤਸੰਗ ਤੇ ਚਲਾ ਜਾ ਸੁਣਨ ਨੂੰ ਮਿਲ ਜਾਏਗਾ ਗਾਣ ਨੂੰ ਮਿਲ ਜਾਏਗਾ ਨਾਲ ਪੜ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਜਿਹੜਾ ਕੋਈ ਬਹੁਤ ਪ੍ਰਚਲਿਤ ਸ਼ਬਦ ਹੁੰਦਾ ਹੈ ਜਿਹੜਾ ਆਮ ਤੌਰ ਉੱਤੇ ਲੋਕੀ ਬਹੁਤ ਪਸੰਦ ਕਰਦੇ ਨੇ ਜਦੋਂ ਕੋਈ ਵੀ ਰਾਗੀ ਸ਼ਬਦ ਕਿਸੇ ਵੇਲੇ ਉਸ ਸ਼ਬਦ ਦੀ ਪੰਕਤੀ ਕੋਈ ਗਾਣੀ ਸ਼ੁਰੂ ਕਰਦਾ ਤੇ ਨਾਲ ਦੀ ਨਾਲ ਹੀ ਬੱਚੇ ਵੀ ਬੋਲਣਾ ਸ਼ੁਰੂ ਕਰਦੇ ਨੇ ਬੀਬੀਆਂ ਵੀ ਬੋਲਣਾ ਸ਼ੁਰੂ ਕਰਦੀਆਂ ਨੇ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦੇ ਸਦਕੇ ਜਾਈਏ ਪਤਾ ਨਹੀਂ ਕਿਹੜੇ ਵਜ੍ਹਾ ਦੇ ਵਿੱਚ ਆ ਕੇ ਉਹਨਾਂ ਨੇ ਇਹ ਸ਼ਬਦ ਗਾਇਨ ਕੀਤਾ ਤੇ ਕਿਤਨੇ ਉਹਨਾਂ ਦੇ ਮਨ ਦੀ ਅਵਸਥਾ ਕੀ ਹੋਵੇਗੀ ਉਸ ਵੇਲੇ ਜਿਸ ਵਕਤ ਉਹਨਾਂ ਨੇ ਤੁਸੀਂ ਆਸਾ ਦੀ ਵਾਰ ਜਿਹੜੇ ਸੁਣਦੇ ਹੋ ਭਾਈ ਸੁਰਜਨ ਸਿੰਘ ਜੀ ਦੀ ਉਹਦੇ ਚ ਅਖੀਰ ਤੇ ਉੱਤੇ ਇੱਕ ਸ਼ਬਦ ਪੜਿਆ ਉਹਨਾਂ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਹ ਪਿੱਛੇ ਭਗਤੀ ਮੇਰਾ ਹੈ ਲਿਖੀ ਹੋਈ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਸ਼ਬਦ ਨੂੰ ਭਾਵੇਂ ਕੋਈ ਬਗੈਰ ਸਾਜਾਂ ਤੋਂ ਪੜ੍ਹਨਾ ਸ਼ੁਰੂ ਕਰਦੇ ਸਾਰੇ ਨਾਲ ਬੋਲਣ ਲੱਗ ਪੈਂਦੇ ਮੇਰੀ ਕਹਿਣ ਤੋਂ ਮੁਰਾਦ ਸੁਣਨ ਲਈ ਵੀ ਮਿਲ ਗਿਆ ਬੋਲਣ ਲਈ ਵੀ ਮਿਲ ਗਿਆ ਗਾਣ ਲਈ ਵੀ ਮਿਲ ਗਿਆ ਪ੍ਰਭੂ ਦਾ ਜਸ ਗਾਣ ਵਾਸਤੇ ਸੰਗਤ ਵਿੱਚ ਆਵੇਗਾ ਤੇ ਪ੍ਰਭੂ ਦਾ ਜਸ ਸੁਣਨ ਵਾਸਤੇ ਵੀ ਮਿਲ ਜਾਏਗਾ ਗਾਣ ਵਾਸਤੇ ਇਸ ਕਰਕੇ ਕੰਨਾਂ ਦੇ ਰਾਹੀਂ ਜਦੋਂ ਇਹ ਰਸ ਅੰਦਰ ਜਾਏਗਾ ਇਹ ਰਸ ਹੈ ਜਿਵੇਂ ਸਾਡੇ ਬਾਕੀ ਦੇ ਰਸ ਨੇ ਨਾ ਅਸੀਂ ਬਾਕੀ ਦੇ ਰਸ ਮੰਨਦੇ ਹਾਂ ਕੰਨ ਸੁਣਨ ਦਾ ਰਸ ਮੰਨਦੇ
ਜਿਸ ਤਰ੍ਹਾਂ ਦਾ ਵੀ ਸੁਣੇਗਾ ਉਸੇ ਤਰ੍ਹਾਂ ਦਾ ਰਸ ਜੇ ਮਾੜਾ ਸੁਣੇਗਾ ਤੇ ਮਾੜਾ ਰਸ ਆਏਗਾ ਤੇ ਚੰਗਾ ਸੁਣੇਗਾ ਤੇ ਚੰਗਾ ਰਸ ਆਏਗਾ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਜਿੰਨੇ ਵੀ ਜਸ ਸੰਗਤ ਵਿੱਚ ਬੈਠ ਕੇ ਜਾ ਕੇ ਸਾਹਿਬ ਪਾਤਸ਼ਾਹ ਜੀ ਦੇ ਜਸ ਗਾ ਅਤੇ ਨਾਲ ਦੀ ਨਾਲ ਸੁਣ ਸ਼੍ਰਵਣ ਗੋਬਿੰਦ ਗੁਣ ਸੁਣੋ ਔਰ ਗਾਵੋ ਰਸਨਾ ਗੀਤ ਜੇ ਇਸ ਤਰ੍ਹਾਂ ਦੇ ਨਾਲ ਜੀਵਨ ਬਤੀਤ ਕਰੇਗਾ ਆਪ ਦੀ ਗੱਲ ਰੱਬ ਨਾਲ ਬੀਤ ਕਰਦਾ ਹੈ ਸ਼ਬਦ ਦੀ ਹੋਰ ਪੰਕਤੀਆਂ ਤੁਹਾਡੇ ਰਸਾਂ ਜੀ ਨਹੀਂ ਕਰਾਂਗਾ ਮੈਂ ਇੱਕ ਸ਼ਬਦ ਹੋਰ ਪੜ੍ਹ ਕੇ ਸਮਾਪਤੀ ਕਰਾਂਗਾ ਇਹ ਪਾਵਨ ਸੰਸਕ੍ਰਿਤ ਪੰਕਤੀਆਂ ਸਾਰੇ ਦਿਨ ਤੋਂ ਪੜ੍ਹ ਲਈ ਵਿਆਖਿਆ ਕਰਨ ਨੂੰ ਇਸ ਪਵਿੱਤਰ ਸ਼ਬਦ ਦੀ ਭਾਵੇਂ ਡੇਢ ਘੰਟਾ ਹੋਰ ਲੱਗੇ ਰਹੀਏ ਸਤਿਗੁਰ ਦੀ ਬਾਣੀ ਬੇਅੰਤ ਅਥਾਹ ਪਰ ਅਸੀਂ ਸੁਬੋ ਜਿਵੇਂ ਟਾਈਮ ਦੇ ਵਿੱਚ ਵਕਤ ਨੂੰ ਤਾਂ ਧਿਆਨ ਰੱਖਦੇ ਹੋਏ ਤੁਹਾਡੇ ਨਾਲ ਜਦੋਂ ਗੁਰਬਾਣੀ ਦੀਆਂ ਪੰਕਤੀਆਂ ਸਾਂਝੀਆਂ ਇੱਕ ਵਾਰੀ ਮੈਂ ਫਿਰ ਜਾਵਾਂਗਾ ਸਾਰੇ ਦਿਨ ਤੋਂ ਪੜ੍ਹਨ ਦੀ ਕਿਰਪਾ ਕਰਿਓ ਸਾਰੇ ਕਮਲ ਪਾਲ ਸਿੰਘ ਜੀ ਪਰਿਵਾਰ ਅਤੇ ਆਪ ਸਾਰੇ ਗੁਰਸਿੱਖ ਪਰਿਵਾਰ ਅਤੇ ਭਾਈਚਾਰੇ ਦੇ ਸੰਬੰਧੀ ਆਪ ਜੀ ਸਾਰੇ ਸੁਸ਼ੋਭਿਤ ਹੋ ਸਤਿਗੁਰ ਜੀ ਪਾਸੋਂ ਇਹ ਅਸੀਸ ਪ੍ਰਾਪਤ ਕਰਨ ਦੇ ਯਤਨ ਕਰੀਏ I don't know.
بچپن دے وچ مد چنچل ہوندی ہے تے وگ نو بھی ہاتھ پاندی ہے سپ نو بھی ہاتھ پاندا ہے سوشتر کی جیون وچ پادشاہ جی جیون دیاں چگیائیاں نو جس وقت پروار نال لے کے تردا تے پھر جڑا جی چلا جاندا ہے نا او شریر روپ وچ نہیں کدے مڑ کے آندا اس گل وچ تو کوئی دو راہ نہیں شریر روپ وچ کدے بھی کوئی نہیں آیا تے نہ آئے گا پر جے گن جڑے چنگیائیاں نے جے انہاں چنگیائیاں نو نال لے کے تریے نا اپنے جیون وچ تے پھر سیانے لوگ جس وقت کسے نو بھی ویکھ دے نا کوئی بچی ہووے اودی ماں نو گیا بھاویں کسے بی بی دی ماں نو گیا بھاویں 20 سال ہو گئے ہونا 30 سال ہو گئے ہونا تو جدو کوئی انہوں کا پرانا جانکار ملتا ہے تو انہوں ویکھ دیا سار آخر کہ یہ ماں ورگی لگتی ہے ساری یہ گلا ساریا ماں والیا نے دیا یہ کام سارے ماں والے نے یہ مطلب ہے ماں نال لے کے تری ہوئی ہے جی ماں کے گن نال نے نا تو اسی طرح جی پتا کے گن نال نے بندے دے تو سمجھ لو پتا نال ہی ہے پتا کدھر نہیں گیا پھر پتا نال ہی اس کر کے اسی چنگیا گنوں نال لے کے تریے پھر ماتا پتا سارے نال ہی ہوتے ہیں پھر کدھر نہیں جانے اس کر کے سدگر بادشاہ جی کرپالتا کریں پروار چڑھتی کلا چ رکھ آؤ سارے مل کے آنند صاحب جی کا پاٹھ کریے اپرن سماپتی کی پرداش پرتی کی جائے اوہکار سدگر رام کلی آنند آنند میا تری مائے ستگرو میں پایا ستگرو سارنا کی کارو ری میرا کار سب سوار سدنا
Yeah.